ਜੋ ਇੱਕ ਮੁੱਦਾ ਬਣਿਆ ਹੋਇਆ ਹੈ ਨਵਜੋਤ ਸਿੰਘ ਸਿੱਧੂ ਜੀ ਦਾ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਇਹ ਜੀ ਕਿਹੜੀ ਖੁਸ਼ੀ ਸਾਬਤ ਹੋ ਰਹੀ ਹੈ ਇਹ ਜੀ ਕਿਹੜੇ ਭੰਗੜੇ ਉਹ ਪਾ ਰਹੇ ਨੇ ਖੁਸ਼ੀ ਮਨਾ ਰਹੇ ਨੇ ਕਿ ਅਸੀਂ ਕਿਸਾਨੀ ਮੋਰਚਾ ਜਿੱਤ ਲਿਆ ਅਸੀਂ ਇੱਥੋਂ ਰੋਜ਼ ਇੱਕ ਲਾਸ਼ ਭੇਜਦੇ ਹਾਂ ਤੁਹਾਡੇ ਲੋਕੀ ਇੱਥੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਪਿੰਡਾਂ ਦੇ ਵਿੱਚ ਪੋਲੀਟੀਕਲ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਵੱਡੀ ਪੋਲੀਟੀਕਲ ਜਿਹੜੀ ਕਿਹਨੂੰ ਕਹਿੰਦੇ ਆ ਇਸ ਟਾਈਮ ਤੇ ਇਲੈਕਸ਼ਨ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਸਾਡਾ ਮੋਰਚਾ ਜਿੱਤਣਾ ਜੇ ਅਸੀਂ ਮੋਰਚਾ ਜਿੱਤਦੇ ਹਾਂ ਸਾਡੇ ਪੰਜਾਬ ਦੀ ਅਣਖ ਜਿੱਤਦੇ ਹਾਂ ਤੇ ਅਸੀਂ ਜ਼ਿੰਦਗੀ ਦੇ ਵਿੱਚ ਸਭ ਕੁਝ ਜਿੱਤ ਲੈਂਦੇ ਹਾਂ ਬਟ ਰਾਈਟ ਨਾਓ ਸਿਰਫ ਨਵਜੋਤ ਸਿੰਘ ਸਿੱਧੂ ਜੀ ਨੇ ਪਾਰਟੀ ਜੁਆਇਨ ਕਰ ਲਈ ਨਵਜੋਤ ਸਿੰਘ ਸਿੱਧੂ ਜੀ ਨੇ ਇਹ ਕਰ ਦਿੱਤਾ ਸਿਰਫ ਇਹ ਟਾਕ ਹੋ ਰਹੀ ਹੈ ਤੁਹਾਨੂੰ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਲੱਗਦੀ ਇਹ ਉਹੀ ਨਵਜੋਤ ਸਿੰਘ ਸਿੱਧੂ ਹੈ ਜਿਹੜੇ ਪਹਿਲਾਂ ਬੀਜੇਪੀ ਦੇ ਵਿੱਚ ਸੀਗੇ ਜਿਨ੍ਹਾਂ ਨੇ ਬੀਜੇਪੀ ਦਾ ਸਟਾਰ ਕੈਂਪੇਨ ਕੀਤਾ ਸੀਗਾ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਸੀਗਾ ਜਿਨ੍ਹਾਂ ਨੇ ਮਨਮੋਹਨ ਸਿੰਘ ਵਰਗੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੀਗਾ ਹੀ ਇਜ਼ ਅ ਪਪੇਟ ਆਫ ਸੋਨੀਆ ਗਾਂਧੀ ਸੋ ਹੀ ਦ ਵਨ ਹੂ ਇਜ਼ ਅਗੇਨ ਕਮਿੰਗ ਇਨ ਦ ਕਾਂਗਰਸ ਔਰ ਮੇ ਬੀ ਕਮਿੰਗ ਇਨ ਅ ਕਾਂਗਰਸ ਔਰ ਬੀਜੇਪੀ ਔਰ ਆਮ ਆਦਮੀ ਪਾਰਟੀ ਹੂ ਹੈਜ਼ ਆਈ ਡੋਂਟ ਨੋ ਵਾਈ ਦ ਆਲ ਪੀਪਲ ਆਰ ਟਾਕਿੰਗ ਅਬਾਊਟ ਦਿਸ ਪਰਸਨ ਐਂਡ ਐਵਰੀਬਡੀ ਐਂਡ ਨੋਬਡੀ ਇਜ਼ ਟਾਕਿੰਗ ਅਬਾਊਟ ਕਿਸਾਨ ਮੋਰਚਾ ਐਂਡ ਟੁਮੋਰੋ ਪੀਪਲ ਸਾਡੇ ਜਿਹੜੇ ਕਿਸਾਨ ਆ ਸਾਡੇ ਜਿਹੜੇ ਭਰਾ ਆ ਆਪਣੇ ਨਾਮ ਲਿਖਾਉਣ ਦੀ ਲਿਸਟਾਂ ਬਣਾ ਰਹੇ ਨੇ ਇਸ ਟਾਈਮ ਦੇ ਉੱਤੇ ਕਿ ਅਸੀਂ ਕੁਰਬਾਨੀਆਂ ਦੇ ਨਹੀਂ ਰੈਡੀ ਆ ਸਾਡੇ ਭਰਾਵਾਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਪੁਲਿਸ ਕਮ ਸੇ ਕਮ ਕਿਹਨੂੰ ਕਹਿੰਦੇ ਪਰਚੇ ਦੇ ਉੱਤੇ ਪਰਚਾ ਪਾ ਰਹੀ ਹੈ ਸਾਡੇ ਭਰਾਵਾਂ ਨੂੰ ਚੁੱਕਿਆ ਜਾ ਰਿਹਾ ਉਸ ਤੋਂ ਕਿਰਨ ਖੇਰ ਟਵੀਟ ਕਰਕੇ ਕਹਿ ਰਹੀ ਹੈ ਕਿ ਨਹੀਂ ਜੀ ਸਾਡੇ ਭਰਾਵਾਂ ਨੇ ਪੱਥਰ ਮਾਰੇ ਸੀਗੇ ਉਸ ਦਿਨ ਉਦਣ ਵੀ ਉਹਨਾਂ ਨੂੰ ਰਾਤ ਨੂੰ ਚੁੱਕ ਲਿੱਤਾ ਗਿਆ ਪੁਲਿਸ ਸਾਨੂੰ ਕੰਟੀਨਿਊਸਲੀ ਹਰਾਸ ਕਰ ਰਹੀ ਹੈ ਕਿਸਾਨਾਂ ਨੂੰ ਭਾਵੇਂ ਉਹ ਚੰਡੀਗੜ੍ਹ ਪੁਲਿਸ ਹੋਵੇ ਭਾਵੇਂ ਉਹ ਕਿਤੇ ਵੀ ਹਰਿਆਣਾ ਦੇ ਵਿੱਚ ਪਰਚੇ ਪੈ ਰਹੇ ਹੋਣ ਸਾਡੇ ਕਿਸਾਨ ਭੁੱਖ ਹੜਤਾਲ ਦੇ ਉੱਤੇ ਹਰਿਆਣਾ ਸਿਰਸਾ ਦੇ ਵਿੱਚ ਵੀ ਬੈਠੇ ਆ ਪਤਾ ਨਹੀਂ ਤੁਹਾਡੇ ਲੋਕਾਂ ਨੂੰ ਹਜੇ ਵੀ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਇਹ ਪੋਲੀਟੀਸ਼ੀਅਨਸ ਨੂੰ ਸਪੋਰਟ ਕਰੋ ਤੁਹਾਡੇ ਲੋਕਾਂ ਦੇ ਜਿਹੜੇ ਪਿੰਡਾਂ ਦੇ ਸਰਪੰਚਾਂ ਨੂੰ ਮੈਂ ਤਾਂ ਕਹਿੰਦੀ ਹਾਂ ਬਾਈਕਾਟ ਕਰਨਾ ਚਾਹੀਦਾ ਆ ਜਿਹੜੇ ਇਸ ਟਾਈਮ ਦੇ ਉੱਤੇ ਜਸ਼ਨ ਮਨਾ ਰਹੇ ਨੇ ਜਿਹੜੇ ਇਸ ਟਾਈਮ ਦੇ ਉੱਤੇ ਭੰਗੜੇ ਪਾ ਰਹੇ ਨੇ ਕਦੀ ਸਿੱਧੂ ਦੀ ਜੁਆਇਨਿੰਗ ਦੇ ਉੱਤੇ ਜੇ ਤੁਹਾਨੂੰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਤੁਸੀਂ ਆਪਣੇ ਆਪ ਦੇ ਵਿੱਚ ਇੰਨੇ ਜ਼ਿਆਦਾ ਕਨਫਿਊਜ਼ ਹੋ ਤੁਹਾਨੂੰ ਇਹ ਲੱਗਦਾ ਸੀਗਾ ਮੈਂ ਸਭ ਤੋਂ ਪਹਿਲਾਂ ਇਹ ਕੁਐਸਚਨ ਕਰਨਾ ਚਾਹੁੰਦੀ ਹਾਂ ਉਸ MLAs ਤੋਂ ਕਿ ਜਿਹੜੇ ਖਾਸ ਕਰਕੇ ਮੈਂ ਮਾਝੇ ਨੂੰ ਬਿਲੋਂਗ ਕਰਦੀ ਹਾਂ ਜਿਨ੍ਹਾਂ ਨੇ ਮਾਈਨਿੰਗ ਦੇ ਵਿੱਚ ਇੰਨੀ ਜ਼ਿਆਦਾ ਲੁੱਟ ਪਾ ਲਈ ਜਿਨ੍ਹਾਂ ਨੇ ਸ਼ਰਾਬਾਂ ਦੇ ਖੇਤਰਾਂ ਦੇ ਵਿੱਚ ਠੇਕੇ ਇੰਨੇ ਖੋਲ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਇੰਨਾ ਲੁੱਟਿਆ ਅੱਜ ਉਹ ਖੁਸ਼ੀਆਂ ਮਨਾ ਰਹੇ ਨੇ ਇਸ ਗੱਲ ਦੇ ਉੱਤੇ ਕਿ ਹਾਂ ਵੀ ਉੱਤੋਂ ਹਾਈ ਕਮਾਂਡ ਨੇ ਕਰ ਦਿੱਤਾ ਤੇ ਇਹ ਕਹਿ ਦਿੱਤਾ ਮੈਂ ਐਟਲੀਸਟ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੇ ਤੁਸੀਂ 4 ਸਾਲ ਰਾਜ ਕੀਤੇ ਹੈ ਉਦੋਂ ਕੈਪਟਨ ਸਰਕਾਰ ਸਹੀ ਸੀਗੀ ਉਦੋਂ ਕਾਂਗਰਸ ਸਹੀ ਸੀਗੀ ਅੱਜ ਗਲਤ ਹੋ ਗਈ ਇਹਦਾ ਮਤਲਬ ਤੁਸੀਂ ਆਪਣੇ ਵਿੱਚ ਹੀ ਕਨਫਿਊਜ਼ ਹੋ ਕੀ ਸਹੀ ਹੈ ਕੀ ਗਲਤ ਆ ਮਤਲਬ ਆਪਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਕੁਐਸਚਨ ਕਰਨਾ ਚਾਹੀਦਾ ਆ ਆਪਾਂ ਆਮ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਕੁਐਸਚਨ ਕਰਨਾ ਚਾਹੀਦਾ ਔਰ ਮੈਂ ਉਵੇਂ ਵੀ ਇੱਕ ਗੱਲ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਇਹਨਾਂ ਲੋਕਾਂ ਨੂੰ ਇਸ ਟਾਈਮ ਦੇ ਉੱਤੇ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ ਇਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ ਸਰਪੰਚ ਭੰਗੜੇ ਪਾ ਰਹੇ ਨੇ ਸਰਪੰਚਾਂ ਦਾ ਵੀ ਉਸ ਲੈਵਲ ਦੇ ਉੱਤੇ ਆਧਾਰ ਖਤਮ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਆ ਜਿਹੜੇ ਲੋਕੀ ਇਸ ਟਾਈਮ ਦੇ ਉੱਤੇ ਇਹਨਾਂ ਲੋਕਾਂ ਵਾਸਤੇ ਭੰਗੜੇ ਪਾ ਰਹੇ ਨੇ ਇਹਨਾਂ ਲੋਕਾਂ ਨੂੰ ਇੱਕ ਸੈਂਟਰ ਆਫ ਅਟਰੈਕਸ਼ਨ ਬਣਾ ਰਹੇ ਨੇ ਮੈਨੂੰ ਲੱਗਦਾ ਹੈ ਇਹ ਫਿਰ RSS ਦੀ ਇੱਕ ਚਾਲ ਹੈ ਫਿਰ ਤੋਂ ਇੱਕ ਚਾਲ ਹੈ ਕਿ ਹਾਂ ਇਸ ਅੰਦੋਲਨ ਦੇ ਵਿੱਚ ਲੋਕਾਂ ਨੂੰ ਪੋਲੀਟੀਕਲ ਘੁਮਾਇਆ ਜਾਵੇ ਪੋਲੀਟੀਕਲੀ ਗੁੰਮਰਾਹ ਕੀਤਾ ਜਾਵੇ ਧਿਆਨ ਲੋਕਾਂ ਦਾ ਭੜਕਾ ਕੇ ਉਧਰ ਕੀਤਾ ਜਾਵੇ ਇੱਧਰ ਅਸੀਂ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ MPs ਨੂੰ ਕਨਵਿੰਸ ਕਰ ਰਹੇ ਹਾਂ ਕਿ ਸਾਡੇ ਕਿਸਾਨ ਅੰਦੋਲਨ ਬਾਰੇ ਗੱਲ ਕਰੋ ਅਸੀਂ ਪਾਰਲੀਮੈਂਟ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਲੋਕੀ ਨਾਮ ਲਿਖਵਾ ਰਹੇ ਨੇ ਆਪਾਂ ਲੋਕਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਕਿਸਾਨ ਮੋਰਚੇ ਨੂੰ ਮਜ਼ਬੂਤ ਕਰੋ ਪਿੰਡਾਂ 'ਚੋਂ ਨਿਕਲ ਕੇ ਇੱਥੇ ਆਓ ਤੁਸੀਂ ਉੱਧਰਲੇ ਬੰਨੇ ਤੁਸੀਂ ਇੰਨੇ ਜ਼ਿਆਦਾ ਵੀ ਰਾਈਟ ਨਾਓ ਵੀ ਤੁਸੀਂ ਸਿਰਫ ਪੋਲੀਟਿਕਸ ਸੋਚ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਸਿੱਧੂ ਸਾਹਿਬ ਕਿ ਤੁਸੀਂ ਕਦੀ ਦੇਖਿਆ ਵੀ ਤੁਸੀਂ ਟਿੱਕਰੀ ਤੋਂ ਨਿਕਲਦੇ ਹੋ ਤੁਸੀਂ ਕਦੀ ਸੋਚਿਆ ਵੀ ਤੁਸੀਂ ਕੋਈ ਗੁਪਤ ਦਾਨ ਕਰੋ ਤੁਸੀਂ ਇੱਥੇ ਆ ਕੇ ਲੋਕਾਂ ਨੂੰ ਪੁੱਛ ਲਓ ਵੀ ਉਹਨਾਂ ਦੇ ਟੈਂਟ ਟੁੱਟ ਗਏ ਹੈ ਉਹਨਾਂ ਦੇ ਹਨੇਰੀ ਦੇ ਵਿੱਚ ਇੰਨਾ ਕੁਛ ਹੋ ਗਿਆ ਹੈ ਤੁਸੀਂ ਸੋਨੀਆ ਗਾਂਧੀ ਨੂੰ ਮਿਲਣ ਜਾ ਸਕਦੇ ਹੋ ਪੋਲੀਟਿਕਸ ਵਾਸਤੇ ਤੁਸੀਂ ਇੱਥੇ ਹੀ ਨਹੀਂ ਆ ਸਕਦੇ ਤੁਸੀਂ ਸਿੰਘੂ ਬਾਰਡਰ ਦੇ ਕਿਸਾਨਾਂ ਬਾਰੇ ਨਹੀਂ ਸੋਚ ਸਕਦੇ ਰਾਈਟ ਨਾਓ ਦ ਟੋਪਿਕ ਇਜ਼ ਓਨਲੀ ਕਿਸਾਨ ਮੋਰਚਾ
and we have to talk about Kisan Morcha right now, not even any political party. Jadon tak assi chuapa hai jitni lende apan nu kam se kam guptdan vi te karna chahida, apan nu kam se kam eh nahi vekhna chahida ki 24 ghante apan ehi sochiye sada naam hove kisi cheez de utte, apan aake itthe support kar sakde ha. Tuhanu apni party de pradhan banan di payi hoyi hai, tuhanu apne party de Sonia Gandhi nu milan di payi hai, tuhanu Kisan Morcha bare nahi tusi gal karan ja sakde sige ki ha assi sansad de vich assi पार्लियामेंट खराब दे विच साडे किसान जा रहे ने, साडे किसान लीडर जा रहे ने, आपां किस तरीके नाल उन्हां नूं सपोर्ट कर सकीए, किस तरीके नाल आपां उन्हां नूं हेल्प कर सकीए. तुसीं मैनूं दसो, जदों मैं अमृतसर तों, अमृतसर दे विच रेलवे दे थल्ले जदों रेलवे वाला होया सीगा कांड, उदों किन्ने लोकी मर गए सीगे, तुसीं क्या कमिट कीता सीगा, तुसीं उन्हां फैमिलीज़ नूं अडोप्ट करोगे, किन्ना कु तुसीं उत्थे जाके पुछ रहे हो, सारियां चीज़ां, बहुत सारियां चीज़ां ने. देयर आर सो मैनी थिंग्स. पंजाब दे विच बहुत सारे टॉपिक्स ने. पंजाब दे विच पानी आने वाले टाइम दे विच पंजां सालां दे विच पानी खत्म हो जूगा, झोना बीज बीज के. तुसी कदी लोकां नूं एजुकेट कीता इस चीज बारे जाके? तुसी कदी कोई एजुकेट नहीं कीता. पंजाब दा पानी पंजां दरियावां दा इंडस्ट्रीज ने गंदा करता. तुसी कदी इह गल्लां वास्ते एजुकेट नहीं कीता. हर एक तुहानू सिर्फ सारे तुहानू लोकां नूं सिर्फ प्रधानगी दी पई है, तुहानू सिर्फ लोकां नूं पॉलिटिक्स करन दी पई है, तुहानू लोकां नूं किसानां दी दर्द तकलीफ नहीं हैगी इस टाइम दे उत्ते कि तुसी आके इत्थे किसानां दा दर्द समझ सको, किसानां दे हक दी गल कर सको. इह ओह टाइम नहीं गा प्रधानगियां पाउण दा, जां तुसी कांग्रेस दीआं गल्लां करदे हो, जां किसे वी तरीके दीआं गल्लां करदे हो. इह ओह गल्लां, इह ओह टाइम है जदों सिर्फ तुसी किसान मोर्चे नूं सपोर्ट करो, किसान मोर्चे बारे गल करो. जिहड़ा कल नूं 22 तरीक नूं पहला जत्था पार्लियामेंट नूं जाणा आ, ओहनूं सपोर्ट करो. उहनां लोकां दे गल्लां दे विच सरोपे पा के उहनां नूं भेजो जिहड़े तुहाडे वास्ते लड़ रहे ने. ओ भगत सिंह 23 साल दा गभरू जवान, धरना ला के उन्हें भी यही सोचा होगा ये मेरा आखिरी धरना है इन्हां लोकां वास्ते, मैं शहीद हो जाना अंग्रेजा नूं कढ के. उन्हूं नहीं पता सीगा कि ओहदे शहीदी देन तो बाद भी लोकी फिर भी ऐसे तरीके दे नाल मोर्चे ते बैठे होणगे, इसे तरीके दे नाल लड़ रहे होणगे, इसे तरीके दे नाल तुसी किस तरीके नाल कॉर्पोरेट सैक्टर लैके आओगे. तुहाडे वर्गे लोकी जिहड़े बैठ के इह जे इन्ने सैल्फिश डिसीजनस लैंदे ने, सो आई एम सॉरी टू से, बट राइट नाउ मैं सारे अगे हथ जोड़ के बेनती करती हाँ कि आपां नूं सिर्फ किसान मोर्चा, किसान मोर्चे बारे सोचना चाहिदा आ. जिहड़े साडे भरा भैण जिन्हें भी पार्लियामेंट दे अंदर साडे वास्ते जा रहे ने, उहनां नूं सपोर्ट करना चाहिदा आ, उहनां बारे गल करनी चाहीदी आ. किसानी तीन बिल रद्द कराने वास्ते प्रेशराइज करना चाहिए या गवर्नमेंट नूं, बहुत औखा है इत्थे टिकरी बॉर्डर दे सिंगू बॉर्डर दे उत्ते रहना. पिछे मीह पिया आ, दो दिन तो मीह पिया आ, तंबूआं दे विच पानी आ, लोकां दे जिन्ने भी गद्दे आ पानी दे विच तैर रहे ने, उत्तों तरपालां उड जांदियां ने. इट्स वेरी ईजी टू सिट एट होम इन एसी दे कमरे दे विच बह के तुसी गल्लां करदे हो, इत्थे रह के विखाओ फिर तुहानूं पता लगूगा कि किसान की है और किसाना वांगू इत्थे रह के किन्ना मुश्किल है इत्थे रहना. इट्स रियली डिफिकल्ट. सो बस मैं यही रिक्वेस्ट करना चाहनी हां कि तुसी किसानों नू सपोर्ट करो और किसानों दीआं प्रॉब्लम्स नू सॉर्ट आउट करो. तीन बिलों बारे पार्लियामेंट दे विच सारे एमपीस नू मजबूर करो कि वह जाके मुद्दा चुकन, प्राइम मिनिस्टर दे सामने ये मुद्दा लेके आउण, क्योंकि बीजेपी गवर्नमेंट इज नॉट टेकिंग इट सीरियसली. उन्हां नूं ये लगता है कि पंजाब स्टेट है, हरियाणा स्टेट है, सानू की लेना देना, यूपी ते असीं जित्तांगे, उन्हां नूं ये लगता है. बट राइट नाउ जिहड़े पंजाब दे लोकी, पंजाब दी अणख लैके असीं इत्थे बैठे हाँ, साडा इतिहास यही कहिंदा है कि असीं कदी हार के वापस नहीं जांदे, ते सानू जित के वापस ही जाणा आ. राइट नाउ ये सिद्धू दी पॉलिटिक्स जां सिद्धू दी प्रधानगी ये छड के पार्लियामेंट 22 तरीक नूं किसान तुहाडे जा रहे ने, उहदे बारे गल करो, मोर्चे दी गल करो, तीन बिल रद्द कराउण दी गल करो. पार्लियामेंट दे अंदर मैसेज किसानी बोर्ड लगने चाहीदे आ, भावें उह किसे भी पार्टी दा बंदा बिलोंग करदा होवे. सारिआं नूं इस टाइम दे उत्ते पार्लियामेंट दे विच किसानी मोर्चा, किसान एकता जिंदाबाद, किसान मजदूर एकता जिंदाबाद दे नारे लाउणे चाहीदे आ, ताकि साडे किसानां नूं सपोर्ट मिले तुहाडे सारिआं तों. असीं सारिआं ने तुहानूं एक एक वोट पा के जिताया आ, ताकि तुसीं साडे मुद्दे पार्लियामेंट दे विच रख सको, ताकि तुसीं साडे मुद्दे असैंबली दे विच रख सको.
सो मैं यही कुछ गल्लां कहना चाहुंदी सी। और यही जे MLAs इसे तरीके दे नाल इन्हां नूं डिप्लोमेसी जिहड़ी आ अपनी फिनिश करनी चाहीदी है और डिप्लोमेसी नूं खत्म करन। ये कोई कपल का शो नहीं चल रहा जां कोई लाफ्टर चैलेंज नहीं चल रहा, ये एक रियल लाइफ पॉलिटिक्स आ जिथे लोकां दा आधार, जिथे लोकां दी रियल लाइफ चल रही आ, जिथे लोकी मरदे आ असल दे विच। 500 तो उत्ते साढ़े बापू जी हुणी साढ़े भरा शहीद हो चुके हैं इस अंदोलन दे विच, होर भी मरन नूं रेडी आ, होर भी शहीदियां देन नूं रेडी आ, होर भी जेलां च जान नूं रेडी आ, क्योंकि अपने लोकां दे हक्कां वास्ते। इस चीज़ नूं आपां नूं लाइटली नहीं लेना चाहिदा, आपां नूं किसान मोर्चे नूं सपोर्ट करना चाहिदा आ। ए सिद्धू कांग्रेस ए सारे जिहड़े टॉपिक्स आ इन्हां नूं साइड ते रख के किसान मोर्चे दी गल करनी चाहीदी आ, 22 तरीक दे जथे बारे गल करनी चाहीदी आ, जिन्नी देर तक पार्लियामेंट चलदी आ ओहदे बारे, ओहदे विच किसानी मोर्चे नूं सपोर्ट करन दी गल करनी चाहीदी आ। किसान एकता जिंदाबाद।